ਸਤਿ ਸ਼੍ਰੀ ਅਕਾਲ ਜੀ, ਇਸ ਵਲੋਗ ਵਿੱਚ ਤੁਹਾਡਾ ਸਵਾਗਤ ਹੈ। ਅਤੇ ਸਭ ਤੋਂ ਪਹਿਲਾਂ ਉਸ ਮੰਮੀਆਂ ਨੂੰ ਵਧਾਈਆਂ ਜਿਨ੍ਹਾਂ ਦੇ ਬੱਚੇ ਸਕੂਲ ਵਿੱਚ ਪੜ੍ਹਦੇ ਆ। ਉਹਨਾਂ ਨੂੰ ਗਰਮੀ ਦੀਆਂ ਹੋ ਗਈਆਂ ਛੁੱਟੀਆਂ, ਅਤੇ ਹੁਣ ਨਾਨਕੇ ਜਾਣ ਦੀਆਂ ਕਰਨਗੇ ਤਿਆਰੀਆਂ। ਅਤੇ ਨਾਨਕੇ ਵੀ ਅਲਰਟ ਹੋ ਜਾਣਗੇ, ਜਿਨ੍ਹਾਂ ਦੇ ਦੋਹਤੇ ਦੋਹਤੀਆਂ ਬਹੁਤ ਹੀ ਜ਼ਿਆਦਾ ਸ਼ਰਾਰਤੀ ਹੈ, ਉਹ ਵੀ ਕਈ ਸਮਾਨ ਸਾਂਭਣ ਲੱਗ ਜਾਣਗੇ ਜਿਨ੍ਹਾਂ ਦੇ ਛੋਟੇ ਦੋਹਤੇ ਦੋਹਤੀਆਂ ਆ। ਅਤੇ ਚਲੋ ਜੀ, ਤੁਹਾਨੂੰ ਮੈਂ ਦਿਖਾਉਂਦੀ ਹਾਂ ਕਿ ਅੱਜ ਮੈਂ ਵੀ ਕਰ ਰਹੀ ਹਾਂ ਪੈਕਿੰਗ। ਆਹ ਦੇਖੋ ਪਿਆ ਹੋਇਆ ਖਿਲਾਰਾ। ਪਰ ਤੁਸੀਂ ਸੋਚੋਗੇ ਕਿ ਇਹ ਵਾਲੀ ਪੈਕਿੰਗ ਹੋ ਰਹੀ ਆ ਛੁੱਟੀਆਂ ਕਰਕੇ ਪੇਕੇ ਜਾਣ ਦੀ ਤਿਆਰੀ ਹੋ ਰਹੀ ਹੈ, ਪਰ ਨਹੀਂ ਜੀ, ਇਹ ਪੈਕਿੰਗ ਹੋ ਰਹੀ ਆ ਕਿਉਂਕਿ ਬੇਟੇ ਦਾ ਸਕੂਲ ਟੂਰ ਜਾ ਰਿਹਾ 2-3 ਦਿਨ ਵਾਸਤੇ ਪੰਜਾਬ, ਇਸ ਕਰਕੇ ਉਹਦੀ ਪੈਕਿੰਗ ਹੋ ਰਹੀ ਹੈ। ਤਾਂ ਉਸ ਕਰਕੇ ਸਾਰਾ ਉਹਦਾ ਸਮਾਨ ਸਮੂਨ ਰੱਖਿਆ ਪਿਆ ਹੈ, ਅਤੇ ਉਸਦੇ ਕੱਪੜਿਆਂ ਵਗੈਰਾ ਦੀ ਪੈਕਿੰਗ ਕਰਨੀ ਹੈ। 2-3 ਦਿਨਾਂ ਦਾ ਟੂਰ ਹੈ ਸਕੂਲ ਟੂਰ। ਚਲੋ ਜੀ, ਫਿਰ ਕਰਦੇ ਹਾਂ ਪੈਕਿੰਗ ਸਟਾਰਟ। ਇੱਧਰ ਪੀਨਟ ਬਟਰ ਲਾ ਕੇ ਬ੍ਰੈਡ ਤਿਆਰ ਹੋ ਰਹੇ ਆ, ਇਹੀ ਖਾ ਕੇ ਜਾਣੇ ਆ। ਅਸੀਂ ਲੰਚ ਬੋਕਸ ਨਹੀਂ ਲੈ ਕੇ ਜਾਣਾ ਕਿਉਂਕਿ ਲੰਚ ਬੋਕਸ ਚੱਕਣਾ ਬਹੁਤ ਹੀ ਔਖਾ ਹੋ ਜਾਂਦਾ, ਹੈ ਨਾ? ਸਹੀ ਹੈ ਨਾ, ਭਾਰ ਲੱਗਦਾ ਲੰਚ ਬੋਕਸ ਦਾ। ਚਲੋ ਕੋਈ ਨਾ, ਟਾਈਮ ਵੀ ਤਾਂ ਲੇਟ ਹੋ ਗਿਆ। ਹੁਣ ਬੇਟੇ ਵਾਸਤੇ ਪਨੀਰ ਬਣਾ ਤਾ ਹੈ ਕਿਉਂਕਿ ਇਹਨੂੰ ਪਨੀਰ ਜਿਹੜਾ ਬਹੁਤ ਪਸੰਦ ਹੈ, ਅਤੇ ਪਨੀਰ ਦੀ ਭੁਰਜੀ ਬਣਾ ਦੂੰਗੀ ਲੰਚ ਵਾਸਤੇ। ਹੁਣ ਮੈਂ ਪਨੀਰ ਦੀ ਭੁਰਜੀ ਬਣਾ ਰਹੀ ਸੀ, ਅਤੇ ਬੱਚਿਆਂ ਦਾ ਕੁਛ ਖਾਣਾ ਪੀਣਾ ਪਸੰਦ ਹੀ ਨਹੀਂ ਆਉਂਦਾ, ਕਹਿੰਦੇ ਲੰਚ ਨਹੀਂ ਕਰਕੇ ਜਾਣਾ, ਚਲੋ ਮੈਂ ਬ੍ਰੈਡ ਹੀ ਖਾ ਜੂੰਗਾ। ਪਰ ਮੈਂ ਕਹਿੰਦੀ ਮੈਂ ਫੁਲਕਾ ਤਿਆਰ ਕਰ ਦਿੰਦੀ ਹਾਂ, ਵੈਸੇ ਵੀ ਟਾਈਮ ਲੇਟ ਹੋ ਗਿਆ ਕਿਉਂਕਿ ਪਹਿਲਾਂ ਜਾਣਾ ਸੀਗਾ 7 ਵਜੇ ਚੱਲਣੀ ਸੀਗੀ ਬੱਸ, ਪਰ ਹੁਣ ਮੈਸੇਜ ਆ ਗਿਆ ਕਿ 8 ਵਜੇ ਚੱਲਣੀ ਹੈ। ਮੈਨੂੰ ਕਿਹਾ ਤਦ ਤੱਕ ਤਾਂ ਪਿੰਡਾਂ ਵਾਲਿਆਂ ਦਾ ਲੰਚ ਹੋ ਹੀ ਜਾਂਦਾ, 8 ਵਜੇ ਤੱਕ ਦਾ ਲੰਚ ਤਿਆਰ ਕਰ ਦੇਣਗੇ, ਅਤੇ 2 ਫੁਲਕੇ ਖਾ ਕੇ ਹੀ ਜਾਣੇ। ਇਸ ਕਰਕੇ ਮੈਂ ਪਨੀਰ ਦੀ ਭੁਰਜੀ ਤਿਆਰ ਕਰ ਦੇਣੀ। ਭੁਰਜੀ ਹੋ ਗਈ ਤਿਆਰ, ਵਾਟਰ ਬੋਟਲ ਵੀ ਫਿਲ ਕਰਤੀ ਹੈ ਕਿਉਂਕਿ ਗਰਮੀ ਦਾ ਟਾਈਮ ਆ, ਵਾਟਰ ਬੋਟਲ ਤਾਂ ਨਾਲ ਚਾਹੀਦੀ ਚਾਹੀਦੀ ਹੈ। ਹੁਣ ਮੈਂ ਫੁਲਕੇ ਬਣਾਉਣ ਦੀ ਤਿਆਰੀ ਕਰਦੀ ਹਾਂ ਜੀ। ਹੁਣ ਸ਼ਾਮ ਦੇ 7 ਵੱਜ ਗਏ ਅਤੇ ਆਪਾਂ ਤਿਆਰ ਵੀ ਹੋ ਗਏ ਹਾਂ ਜਾਣ ਵਾਸਤੇ। 8 ਵਜੇ ਤਾਂ ਬੱਸ ਚੱਲਣੀ ਹੈ, ਅਤੇ 15-20 ਮਿੰਟ ਰਾਹ ਦੇ ਵਿੱਚ ਟਾਈਮ ਵੀ ਲੱਗ ਜਾਣਾ ਜਾਣ ਦਾ। ਠੀਕ ਹੈ ਜੀ, ਇਸ ਵਲੋਗ ਦਾ ਐਂਡ ਇੱਥੇ ਕਰਦੇ ਹਾਂ, ਮਿਲਦੇ ਹਾਂ ਨੈਕਸਟ ਵਲੋਗ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।